ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਪਾਣੀ ਸਾਡੇ ਸਰੀਰ 'ਚੋਂ ਕਈ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਅਸੀਂ ਖਾਧੇ ਬਿਨਾਂ ਤਾਂ ਇੱਕ ਮਹੀਨਾ ਜਿੰਦਾ ਰਹਿ ਸਕਦੇ ਹਾਂ, ਪਰ ਪਾਣੀ ਬਿਨਾਂ ਇੱਕ ਹਫ਼ਤਾ ਵੀ ਨਹੀਂ। ਸਰਦੀਆਂ 'ਚ ਬਹੁਤ ਜ਼ਿਆਦਾ ਠੰਡ ਦੇ ਚੱਲਦੇ ਲੋਕ ਪਾਣੀ ਨੂੰ ਘੱਟ ਮਾਤਰਾ 'ਚ ਪੀਂਦੇ ਹਨ, ਪਰ ਇਸ ਨਾਲ ਪਾਚਨ ਤੰਤਰ ਖਰਾਬ ਹੋਣ ਦੇ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ 'ਚ ਸਰੀਰ ਨੂੰ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਾਂਗੇ ਜਿਸ ਨਾਲ ਤੁਸੀਂ ਆਪਣੀ ਪਾਣੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਆਓ ਜਾਣਦੇ ਹਾਂ ਉਹਨਾਂ ਟਿਪਸ ਬਾਰੇ। ਅੱਜ ਕੱਲ੍ਹ ਮੋਬਾਈਲ 'ਚ ਬਹੁਤ ਸਾਰੇ ਐਪਸ ਆ ਗਏ ਹਨ। ਇਸ 'ਚੋਂ ਹੀ ਇੱਕ ਐਪ 'ਚ ਤੁਸੀਂ ਆਪਣੇ ਪਾਣੀ ਪੀਣ ਦੀ ਮਾਤਰਾ ਨੂੰ ਗਿਣ ਸਕਦੇ ਹੋ। ਇਸ ਦੇ ਨਾਲ ਤੁਸੀਂ ਦਿਨ ਭਰ ਕਿੰਨਾ ਪਾਣੀ ਪੀਤਾ ਹੈ, ਨਾਲ ਹੀ ਕਿੰਨੇ ਪਾਣੀ ਪੀਣ ਦੀ ਜ਼ਰੂਰਤ ਹੈ, ਤੁਹਾਨੂੰ ਸਭ ਕੁਝ ਆਸਾਨੀ ਨਾਲ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਇਸ ਐਪ 'ਚ ਆਪਣੇ ਅਨੁਸਾਰ ਰੀਮਾਈਂਡਰ ਵੀ ਸੈੱਟ ਕਰ ਸਕਦੇ ਹੋ। ਅਜਿਹੇ 'ਚ ਇਹ ਤੁਹਾਨੂੰ ਦਿਨ ਭਰ ਪਾਣੀ ਪੀਣ ਬਾਰੇ ਯਾਦ ਦਵਾਉਂਦਾ ਰਹੇਗਾ। ਇਸ ਤਰ੍ਹਾਂ ਤੁਸੀਂ ਸਹੀ ਮਾਤਰਾ 'ਚ ਪਾਣੀ ਪੀ ਕੇ ਆਸਾਨੀ ਨਾਲ ਇਸ ਕਮੀ ਨੂੰ ਦੂਰ ਕਰ ਸਕਦੇ ਹੋ। ਜੇ ਤੁਸੀਂ ਚਾਹੋ ਤਾਂ ਦਿਨ ਭਰ ਪਾਣੀ ਦੀ ਇੱਕ ਬੋਤਲ ਆਪਣੇ ਕੋਲ ਰੱਖ ਸਕਦੇ ਹੋ। ਅਜਿਹੇ 'ਚ ਤੁਸੀਂ ਸਮੇਂ 'ਤੇ ਆਸਾਨੀ ਨਾਲ ਪਾਣੀ ਪੀ ਸਕਦੇ ਹੋ। ਜੇ ਤੁਸੀਂ ਘਰ 'ਚ ਹੋ ਤਾਂ ਵੀ ਤੁਸੀਂ ਇਸ ਨੂੰ ਆਪਣੇ ਕੋਲ ਰੱਖ ਸਕਦੇ ਹੋ। ਪਾਣੀ ਪੀਣ ਦਾ ਇੱਕ ਸਮਾਂ ਸੈੱਟ ਕਰੋ, ਅਜਿਹੇ 'ਚ ਪਿਆਸ ਲੱਗੇ ਜਾਂ ਨਾ, ਪਰ ਸਮੇਂ ਦੇ ਅਨੁਸਾਰ ਇਸ ਨੂੰ ਪੀਓ। ਇਸ ਤੋਂ ਇਲਾਵਾ ਤੁਹਾਨੂੰ ਆਸਾਨੀ ਨਾਲ ਬਾਜ਼ਾਰ 'ਚੋਂ ਵਾਟਰਮਾਰਕ ਵਾਲੀ ਬੋਤਲ ਮਿਲ ਜਾਵੇਗੀ। ਇਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਤੁਸੀਂ ਕਿੰਨਾ ਪਾਣੀ ਪੀ ਰਹੇ ਹੋ। ਇੱਕ ਨਿਯਮ ਬਣਾਓ। ਜੇ ਤੁਸੀਂ ਚਾਹੋ ਤਾਂ ਸਾਰਾ ਦਿਨ ਪਾਣੀ ਪੀਣ ਲਈ ਇੱਕ ਨਿਯਮ ਤਿਆਰ ਕਰੋ। ਉਦਾਹਰਣ ਵਜੋਂ, ਸਵੇਰੇ ਉੱਠ ਕੇ 1 ਤੋਂ 2 ਗਿਲਾਸ ਪਾਣੀ ਪੀਓ, ਦੁਪਹਿਰ ਦੇ ਖਾਣੇ ਤੋਂ 1 ਘੰਟੇ ਪਹਿਲਾਂ ਅਤੇ ਬਾਅਦ 'ਚ 1-1 ਗਿਲਾਸ ਪਾਣੀ ਪੀਓ, ਫਿਰ ਸ਼ਾਮ ਤੋਂ ਲੈ ਕੇ ਸੌਣ ਤੋਂ ਪਹਿਲਾਂ ਆਪਣੇ ਅਨੁਸਾਰ 1-1 ਘੰਟੇ ਦੇ ਹਿਸਾਬ ਨਾਲ ਪਾਣੀ ਪੀਓ। ਇਸ ਤਰੀਕੇ ਨਾਲ ਤੁਸੀਂ ਆਪਣੀ ਪਾਣੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਪਾਣੀ ਦੀ ਮਾਤਰਾ ਨੂੰ ਪੂਰਾ ਕਰਨ ਲਈ ਤੁਸੀਂ ਭੋਜਨ 'ਚ ਅਜਿਹੀਆਂ ਚੀਜ਼ਾਂ ਸ਼ਾਮਿਲ ਕਰ ਸਕਦੇ ਹੋ ਜਿਹੜੀਆਂ ਪਾਣੀ ਨਾਲ ਭਰਪੂਰ ਹੋਣ। ਇਸ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਮਿਲਣ ਦੇ ਨਾਲ ਪਾਣੀ ਦੀ ਕਮੀ ਪੂਰੀ ਹੋਵੇਗੀ। ਇਸ ਦੇ ਲਈ ਤੁਸੀਂ ਫਲ ਅਤੇ ਸਬਜ਼ੀਆਂ ਦਾ ਸਲਾਦ, ਸੂਪ, ਜੂਸ ਆਦਿ ਲੈ ਸਕਦੇ ਹੋ। ਬਿਊਰੋ ਰਿਪੋਰਟ, ਸਾਂਝ ਟੀਵੀ। ਹੁਣ ਸਮੱਸਿਆ ਭਾਵੇਂ ਕੋਈ ਵੀ ਹੋਵੇ ਤਾਂ ਇੱਧਰ ਉੱਧਰ ਨਾ ਘੁੰਮੋ, ਕਿਉਂਕਿ ਸ਼੍ਰੀ ਹਰੀ ਜੋਤਿਸ਼ ਕੇਂਦਰ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਹੱਲ। ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ। ਜੇਕਰ ਤੁਹਾਡਾ ਪਤੀ, ਪ੍ਰੇਮੀ ਜਾਂ ਬੇਟਾ ਕਿਸੇ ਦੇ ਬਸ ਵਿੱਚ ਹੈ ਤਾਂ ਘਬਰਾਓ ਨਾ। ਪਿਆਰ ਵਿੱਚ ਧੋਖਾ ਖਾਦੇ ਪ੍ਰੇਮੀ ਪ੍ਰੇਮਿਕਾ ਜਲਦ ਸੰਪਰਕ ਕਰਨ, ਅਸੀਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ। ਪਰੇਸ਼ਾਨੀ ਭਾਵੇਂ ਕਿਸੇ ਵੀ ਪ੍ਰਕਾਰ ਦੀ ਹੋਵੇ, ਉਸਦਾ ਹੱਲ ਜ਼ਰੂਰ ਹੁੰਦਾ ਹੈ। ਨਤੀਜਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਏਗਾ। ਜਿਵੇਂ ਵਸ਼ੀਕਰਨ, ਲਵ ਮੈਰਿਜ, ਕੋਰਟ ਕਚਹਿਰੀ ਵਿੱਚ ਜਿੱਤ, ਵਿਦੇਸ਼ ਯਾਤਰਾ, ਕਰਜ਼ੇ ਤੋਂ ਛੁਟਕਾਰਾ, ਕਾਰੋਬਾਰ ਵਿੱਚ ਘਾਟਾ, ਬਿਮਾਰੀ ਵਿੱਚ ਦਵਾ ਨਾ ਲੱਗਣਾ, ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ, ਵਿਆਹ ਵਿੱਚ ਮਾਤਾ ਪਿਤਾ ਨੂੰ ਮਨਾਉਣਾ ਆਦਿ ਹਰ ਸਮੱਸਿਆ ਦਾ ਹੱਲ ਪੰਡਿਤ ਵਿਨੋਦ ਸ਼ਰਮਾ ਜੀ ਕਰਨਗੇ। ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ। ਆਪਣੇ ਸਾਰੇ ਕਸ਼ਟਾਂ ਤੋਂ ਛੁਟਕਾਰਾ ਪਾਉਣ ਲਈ ਹੁਣੇ ਫੋਨ ਕਰੋ 98-881-64-194।